अगर कह रहा हूं तो पंजाब में ज्यादा से ज्यादा मंदिर बने, ज्यादा से ज्यादा गुरुद्वारे बने, यहां ज्यादा से ज्यादा चर्च बनने की जगह नहीं है। ਬੀਤੇ ਦਿਨੀ ਲੁਧਿਆਣਾ ਵਿਖੇ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਭਜਨ ਗਾਇਕ ਕਨਈਆ ਮਿੱਤਲ ਦੇ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਕ੍ਰਿਸਚਨ ਨੈਸ਼ਨਲ ਫਰੰਟ ਦੇ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਤੇ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਦੀ ਅਗਵਾਈ ਦੇ ਵਿੱਚ ਇੱਕ SSP ਗੁਰਦਾਸਪੁਰ ਦੇ ਨਾਮ ਤੇ DSP ਰਾਜਵੀਰ ਸਿੰਘ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਲਾਰੈਂਸ ਚੌਧਰੀ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਚੋਣਾਂ ਵੇਲੇ ਜਾਣ ਬੁੱਝ ਕੇ ਮਸੀਹੀ ਭਾਈਚਾਰੇ ਦੇ ਖਿਲਾਫ ਕਨਈਆ ਮਿੱਤਲ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਜਿਸ ਦੀ ਉਹ ਨਖੇਧੀ ਕਰਦੇ ਨੇ, ਤੇ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਨੂੰ ਉਹਨਾਂ 72 ਘੰਟਿਆਂ ਦਾ ਅਲਟੀਮੇਟਮ ਦਿੱਤਾ। ਜੇ 72 ਘੰਟਿਆਂ ਦੇ ਵਿੱਚ ਕਨਈਆ ਮਿੱਤਲ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ FIR ਦਰਜ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ। ਗੁਰਦਾਸਪੁਰ ਤੋਂ ਰਾਜਨ ਰੰਧਾਵਾ ਦੀ ਰਿਪੋਰਟ, ਡੇਲੀ ਨਿਊਜ਼ ਪੰਜਾਬੀ। ਭਾਰਤ ਰਤਨ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਸਾਨੂੰ ਦਿੱਤਾ ਆ ਉਹਦੇ ਵਿੱਚ ਜਿਹੜਾ ਸੰਵਿਧਾਨ ਦਾ ਪਹਿਲਾ ਪੇਜ ਆ, ਪ੍ਰੈਮਬਲ ਜਿਹੜਾ ਆ, ਉਹਦੇ ਵਿੱਚ ਧਰਮ ਨਿਰਪੱਖਤਾ ਦੀ, ਸਮਾਨਤਾ ਦੀ, ਇਕੁਐਲਿਟੀ ਦੀ ਗੱਲ ਕੀਤੀ। ਵੈਰੀ ਅਨਫਾਰਚੁਨੇਟ ਕਿ ਭਾਰਤ ਦੇ ਵਿੱਚ ਕੁਝ ਅਜਿਹੀਆਂ ਸ਼ਕਤੀਆਂ ਜਿਹੜੀਆਂ ਕਿ ਧਰਮ ਦੇ ਆਧਾਰ 'ਤੇ, ਭਾਸ਼ਾ ਦੇ ਆਧਾਰ 'ਤੇ, ਖਾਣ ਪੀਣ ਦੇ ਆਧਾਰ 'ਤੇ ਦੇਸ਼ ਨੂੰ ਵੰਡਣਾ ਚਾਹੁੰਦੀਆਂ ਨੇ, ਉਹ ਲਗਾਤਾਰ ਜਿਹੜਾ ਆ ਉਹ ਅਜਿਹੇ ਬਿਆਨ ਵਿਵਾਦਿਤ ਦੇ ਕੇ ਉਹ ਭਾਰਤ ਦੀ ਜਿਹੜੀ ਧਰਮ ਨਿਰਪੱਖਤਾ ਆ, ਜਿਹੜਾ ਸੰਵਿਧਾਨ ਦੀ ਜਿਹੜੀ ਸਪਿਰਿਟ ਆ, ਉਹਨੂੰ ਨੁਕਸਾਨ ਪਹੁੰਚਾ ਰਹੇ ਨੇ। ਸੋ ਇਸ ਵਕਤ ਜਦੋਂ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ MP ਇਲੈਕਸ਼ਨ ਦਾ ਜਿਹੜਾ ਇੱਕ ਵੱਡਾ ਜਿਹੜਾ ਮੇਲਾ ਚੱਲ ਰਿਹਾ, ਲੋਕ ਜਿਹੜੇ ਆ ਆਪਣੇ ਅਧਿਕਾਰ, ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਨੇ, ਮਿਲ ਜੁਲ ਕੇ ਉਹਦੇ ਵਿੱਚ ਹਿੱਸਾ ਲੈ ਰਹੇ ਨੇ। ਉੱਥੇ ਹੀ ਕੱਲ ਲੁਧਿਆਣਾ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ, ਜਿਹਦੇ ਵਿੱਚ ਕਿ ਸਾਡੇ ਬਹੁਤ ਹੀ ਮਤਲਬ ਰਿਸਪੈਕਟਡ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੀ, ਜਿਹੜੇ ਕਿ ਥੋੜੇ ਦਿਨ ਪਹਿਲਾਂ ਜਿਹੜੀ ਆ ਆਪਣੇ ਦਾਦੇ ਦੀ ਪਾਰਟੀ ਛੱਡ ਕੇ, ਸਰਦਾਰ ਬੇਅੰਤ ਸਿੰਘ ਜੀ, ਜਿਹੜੇ ਮਰਹੂਮ ਸਰਦਾਰ ਬੇਅੰਤ ਸਿੰਘ ਜੀ, ਜਿਹਨਾਂ ਨੂੰ ਕਾਂਗਰਸ ਨੇ ਬੜਾ ਮਾਨ ਸਨਮਾਨ ਦਿੱਤਾ ਔਰ ਉਹਨਾਂ ਨੇ ਪੰਜਾਬ ਦੀ ਖਾਤਰ ਕੁਰਬਾਨੀ ਦਿੱਤੀ, ਉਹਨਾਂ ਦੇ ਪੋਤੇ ਹੋਣ ਦੇ ਨਾਤੇ ਭਗੌੜੇ ਹੋ ਕੇ ਇੱਕ ਪਾਰਟੀ ਛੱਡ ਕੇ ਇੱਕ ਫਿਰਕਾ ਪ੍ਰਸਤ ਪਾਰਟੀ ਚਲ ਗਏ, ਉਹਨਾਂ ਦੀ ਹਾਜ਼ਰੀ ਵਿੱਚ ਇਹ ਗੱਲ ਕਹੀ ਜਾ ਰਹੀ ਕਿ ਉਹਨਾਂ ਨੂੰ ਐਡਰੈਸ ਕਰ ਰਿਹਾ ਕਨਈਆ ਮਿੱਤਲ ਕਿ ਪੰਜਾਬ ਦੇ ਵਿੱਚ ਗੁਰਦੁਆਰਾ ਸਾਹਿਬ ਬਣਨੇ ਚਾਹੀਦੇ ਨੇ, ਮੰਦਿਰ ਬਣਨੇ ਚਾਹੀਦੇ ਨੇ, ਪਰ ਚਰਚ ਨਹੀਂ ਬਣਨੇ ਚਾਹੀਦੇ। ਸੋ ਇਹ ਜਿੱਥੇ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਆ ਚੋਣ ਜ਼ਾਬਤੇ ਦੀ, ਉੱਥੇ ਹੀ ਸੰਵਿਧਾਨ ਦੀ ਵੀ ਵਾਇਲੇਸ਼ਨ ਆ। ਸੋ ਇਸ ਬਿਆਨ ਦੇ ਨਾਲ ਜਿਹੜੀਆਂ ਮਸੀਹ ਭਾਈਚਾਰੇ ਦੀਆਂ ਭਾਵਨਾ ਜਿਹੜੀਆਂ ਉਹ ਆਹਤ ਹੋਈਆਂ ਨੇ, ਉਹਨਾਂ ਨੂੰ ਠੇਸ ਪਹੁੰਚੀ ਆ। ਸੋ ਇਸ ਕਰਕੇ ਅੱਜ ਅਸੀਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਵਿੱਚ ਇਕੱਠੇ ਹੋ ਕੇ CNF ਦੀ ਜਿਹੜੀ ਮੀਟਿੰਗ ਹੋਈ ਆ ਸਾਡੇ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਜੀ ਦੀ ਅਗਵਾਈ ਦੇ ਵਿੱਚ, ਜਿਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਤੁੰਗ ਜੀ ਅਤੇ ਵੱਖ ਵੱਖ ਸਾਡੇ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਵੀ ਪਹੁੰਚੇ ਨੇ। ਸੋ ਅਸੀਂ ਅੱਜ ਮੰਗ ਪੱਤਰ ਜਿਹੜਾ ਆ ਉਹ DSP ਸਾਹਿਬ ਦੇ ਮਾਰਫਤ ਅਸੀਂ SSP ਸਾਹਿਬ ਨੂੰ ਦੇ ਰਹੇ ਹਾਂ, ਅਤੇ ਅਸੀਂ ਇਹ ਆਸ ਕਰਦੇ ਹਾਂ ਕਿ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਆ ਉਹਨੂੰ ਆਧਾਰ ਬਣਾ ਕੇ ਮਾਨਯੋਗ SSP ਸਾਹਿਬ ਜਿਹੜੇ ਆ ਉਹ ਧਾਰੀਵਾਲ 'ਚ ਪਰਚਾ ਜਿਹੜਾ ਦਰਜ ਕਰਨਗੇ। ਸੋ ਇਸ ਵਿਸ਼ਵਾਸ ਦੇ ਨਾਲ ਅਸੀਂ ਮੰਗ ਪੱਤਰ ਦਿੱਤਾ ਅਤੇ ਆਈ ਹੋਪ ਕਿ ਸਾਨੂੰ ਅਗਲਾ ਜਿਹੜਾ ਆ ਕੋਈ ਜਿਹੜਾ ਅਲਟੀਮੇਟਮ ਅਸੀਂ 72 ਘੰਟੇ ਦਿੱਤਾ ਆ ਉਹਦੇ ਲਈ ਸਾਨੂੰ ਅੱਗੇ ਮੌਕਾ ਨਹੀਂ ਦੇਣਗੇ ਕਿ ਅਸੀਂ ਸੰਘਰਸ਼ ਕਰੀਏ। ਉਹ ਤੋਂ ਪਹਿਲਾਂ ਹੀ ਸਾਡਾ ਵਿਸ਼ਵਾਸ ਆ ਕਿ ਕਨਈਆ ਮਿੱਤਲ ਦੇ ਖਿਲਾਫ ਜੋ ਵਿਵਾਦਿਤ ਬਿਆਨ ਦਿੱਤਾ ਆ ਉਹਦੇ ਖਿਲਾਫ ਕਾਰਵਾਈ ਹੋਏਗੀ। ਹਾਂਜੀ,
ਇਹ ਅੱਜ ਆਪਣਾ ਮਸੀਹ ਭਾਈਚਾਰੇ ਵੱਲੋਂ ਜਿਹੜਾ ਵਾ ਉਹ ਮੰਗ ਪੱਤਰ ਦਿੱਤਾ ਗਿਆ ਵਾ ਵੀ ਲੁਧਿਆਣੇ ਦੇ ਵਿੱਚ ਇੱਕ ਘਨੱਈਆ ਮਿੱਤਲ ਜੀ ਹੈਗੇ ਆ, ਉਹਨਾਂ ਨੇ ਮਤਲਬ ਵਿਵਾਦ ਪੂਰਨ ਇੱਕ ਜਿਹੜਾ ਸੀਗਾ ਉਹ ਕੁਝ ਸ਼ਬਦ ਬੋਲੇ ਆ, ਅਤੇ ਜਿਹੜਾ ਇਹਨਾਂ ਦੀਆਂ ਮਤਲਬ ਆਪਣੇ ਭਾਈਚਾਰੇ ਨੂੰ ਜਿਹੜੀ ਆ ਧਾਰਮਿਕ ਠੇਸ ਇਹਨਾਂ ਕਿਹਾ ਸਾਡੇ ਨੂੰ ਪਹੁੰਚੀ ਆ, ਜਿਹਦੇ ਸੰਬੰਧ ਦੇ ਵਿੱਚ ਜਿਹੜਾ ਵਾ ਅੱਜ ਇਹਨਾਂ ਮੰਗ ਪੱਤਰ ਦਿੱਤਾ ਵਾ ਵੀ ਇਹਦੇ ਖਿਲਾਫ਼ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜੋ ਅੱਜ ਇਹਨਾਂ ਦਾ ਅਸੀਂ ਮੰਗ ਪੱਤਰ ਜਿਹੜਾ ਵਾ ਉਹ ਲੈ ਕੇ ਮਾਣਯੋਗ SSP ਸਾਹਿਬ ਦੇ ਜਿਹੜਾ ਵਾ ਉਹਨਾਂ ਦੇ ਧਿਆਨ 'ਚ ਲਿਆਂਦਾ ਜਾਊਗਾ, ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਈ ਜੇ ਲੁਧਿਆਣੇ ਬਣਦੀ ਹੋਈ ਤਾਂ ਉੱਥੇ ਕਰਾਈ ਜਾਏਗੀ, ਜੇ ਇੱਥੇ ਬਣਦੀ ਹੋਈ।